उम्र उत्ते जो भी मरदा फुल बने जा तारा उम्र उत्ते आशक मारदे जा कोई करमा वाला। लो जी टेंपू भी क्रॉस करता वा बहुत जबरदस्त आ स्वाद आ ब्रिटिश मिल लिया अंग्रेजा की बनाई हुई अजे महीना होया लाइटा नू ते ए टिमट मारियां ने वीडियो में स्वागत है सारे दोस्तों का जी सत श्री अकाल मिलवन सारे जी गला मेरा थोड़ा जि खराब आ माइक नुक्स नहीं आ मेरे अपने गले नुक्स आई मेरे पिछे वेखन डे जे तुलसी के पत्ते जिड़े कि चार पाँच मैं डेली खाने होंगे हूँ आप चार पाँच पत्ते तोड़िए तो इन्हों चबाते चबाते अज मैं जा रहा साइकिल पर साइकिल मैं कितने जा रहा वा मैं जा रहा बाजार क्योंकि रखड़ी दे करके जो बाजार लगिया वा रौनक वो रौनक कैमरे च कैद करने साइकिल पर पत्ते खाते जाने ना तो मैं मिलना साइकिल पर ओके जी बने रहो वीडियो की जो पहली बार आए तो सबसक्राइब करके जाए जी जो सबसक्राइब जरूर करो लाइक करो तो उसके पत्ते खाया करो जी डेली ठंडी ठंडी हवा मूँह हो जाती है हमें मैं हमने देखा तो गोप्रो जो बंद हो गया ही मैंने नहीं पता अगर रिकॉर्डिंग हुई है कोई या कि हुई है कुछ नहीं पता लगा चलो जिनी हुई होगी आ देखो पहले नहीं आ रही आज जबरदस्त स्विमिंग पॉइंट ऑफ व्यू आ पानी की आवाज़ भी बड़ी आँगी आ मैं थोड़ा उच्ची बोलूँगा तो देखो तीन आला दुआला सारा जे अगे चका जाम आ चके जाम से रंगना पैना वा तुरे तेरा काम आ ਸਾਈਕਲ ਇਹੋ ਫਾਇਦਾ ਜੀ ਟ੍ਰੈਫਿਕ ਵਿੱਚ ਭਾਵੇਂ ਕਾਰ ਕੱਟੋ ਸਕੂਟਰੀ ਵੀ ਕੱਟੋ ਕਹੋ ਮੈਂ ਗਲਤਾਂ ਗਾ ਮੈਂ ਤੁਹਾਨੂੰ ਨਹੀਂ ਹੋਣਾ ਬੁਰਾ ਸ਼ੈਂਗਲ ਬਦਲਣਾ ਮੈਂ ਜਾਵਾਂਗਾ ਜੀ ਮਿੱਲ ਗਰਾਊਂਡ ਦੇ ਮਿੱਲ ਵੱਲੋਂ ਹੁੰਦਿਆਂ ਹੋਇਆ यही है जी वह नसीब मेले ये मेरे पिछे मेले देख रहे जे ये अंदर किसी दिन पास बना के ना मैं जावगा छेती सू अंदर भी यदि वीडियो दिखावगा ब्रिटिश मेले आ अंग्रेजा की बनाई गई मेल तो मेल तो क्वार्टर तो है ना मैं पहुंच चलिया मेल ग्राउंड
ਇਹ ਆ ਜੀ ਧਾਰੀਵਾਲ ਦੀ ਮੇਲ ਗਰਾਊਂਡ, ਪਹਿਲਾਂ ਤੁਸੀਂ ਮੈਂ ਬੜੀ ਗੜੀ ਵਿਖਾ ਲਈ ਆ। ਠੀਕ ਆ ਜੀ, ਬਹੁਤਾ ਨਹੀਂ ਰੁਕਣਾ, ਚੱਲੀਏ ਹੁਣ। ਮੈਂ ਨਿਕਲਿਆ ਸੀ ਬਾਜ਼ਾਰ ਦੀਆਂ ਰੌਣਕਾਂ ਕਵਰ ਕਰਨ ਵਾਸਤੇ, ਪਰ ਰੌਣਕਾਂ ਨੂੰ ਰਾਤ ਤੋਂ ਗ੍ਰਹਿਣ ਲੱਗ ਗਿਆ ਸੀ, ਕਿਉਂਕਿ ਮੇਰਾ ਕੈਮਰਾ ਜਦੋਂ ਮੈਂ ਵੇਖਿਆ ਤਾਂ ਬੰਦ ਪਾਇਆ ਗਿਆ, ਚੱਲਦਾ ਨਹੀਂ। ਰੁਮਾਲ ਡਿੱਗਿਆ, ਰੁਮਾਲ ਫੜ ਗਏ, ਰੁਮਾਲ ਨੂੰ ਜੇਬ 'ਚ ਹੀ ਪਾ ਲਈਏ, ਚੱਲੀਏ ਅੱਗੇ। ਇੱਥੇ ਲਾਗੇ ਰੇਲਵੇ ਸਟੇਸ਼ਨ ਆ, ਲੱਗਦਾ ਗੱਡੀ ਆਈ ਆ, ਪੈਸੰਜਰ ਤਾਂ ਹੀ ਆ ਗਈ ਆ। ਹੁਣ ਦੋਵਾਂ ਚੱਲੀ, ਉਦੋਂ ਮੈਂ ਰੁਕ ਗਿਆ, ਮੈਂ ਕੁਛ ਰਿਹਾ ਨਹੀਂ ਗਿਆ। ਹੁਣ ਦੇਖਾ ਭਲਾ ਜੇ ਟਰਾਈ ਕਰਕੇ, ਭਲਾ ਮੈਂ ਚੜ੍ਹਦਾ, ਵੇਖਾ ਲੱਗਾ ਟਰਾਈ ਕਰਕੇ, ਉੱਧਰ ਰੁਕ ਗਿਆ ਹਾਂ। ਰੁਕਦਾ ਰੁਕਦਾ ਹੀ ਚੜ੍ਹ ਗਿਆ ਜੀ। ਉੱਦਾਂ ਮੈਂ ਹੋਣਾ ਸੀ ਤੂੰ ਖੱਬੇ, ਪਰ ਮੈਨੂੰ ਸ਼ੱਕ ਆ ਵੀ ਸ਼ਾਇਦ ਵੀਡੀਓ ਪਹਿਲੀ ਰਿਕਾਰਡ ਬਾਜ਼ਾਰ ਦੀ ਨਹੀਂ ਹੋਈ, ਸੋ ਮੈਂ ਫਿਰ ਆਪਣੇ ਪਹਿਲੇ ਰਸਤੇ 'ਚ ਚੜ੍ਹਾਂਗਾ। ਇਹ ਗੁਰਦੁਆਰਾ ਨਾਨਕਪੁਰੀ, ਨਾਨਕਪੁਰ ਸੋਰੀ ਬੇਬੇ ਨਾਨਕੀ ਆਪਾਂ ਲੰਘ ਰਹੇ ਹਾਂ। ਇਹ ਭਗਤ ਸਿੰਘ ਚੌਂਕ ਆ, ਅਤੇ ਪਹਿਲਾ ਸੁਧਾਰ ਇੱਥੇ ਲੱਗਾ, ਆ ਵੀ ਲਵ ਧਾਰੀਵਾਲ ਦਾ ਬੋਰਡ, ਥੋੜ੍ਹਾ ਜਿਹਾ ਘੁੰਮ ਜਾਂਦਾ ਵਾ, ਅਤੇ ਬਾਈ ਚਾਂਸ ਵੀਡੀਓ ਨਾ ਰਿਕਾਰਡ ਹੋਈ ਹੋਈ, ਫਿਰ ਪੰਗਾ। ਦੇਖੋ ਮੋੜ ਲੈਂਦੇ ਹਾਂ, ਅਤੇ ਇੱਕ ਹੋਰ ਦੁਕਾਨ ਦੇ ਨਾ ਜਾਂਦੇ ਹਾਂ ਚੀਜ਼ਾਂ ਲੈਣ। ਇਹ ਦੁਕਾਨਾਂ 'ਤੇ ਰੌਣਕ ਰਹਿੰਦੀ ਆ ਹਮੇਸ਼ਾ, ਕੁਆਲਿਟੀ ਵਾਲੇ ਅਤੇ ਨਾਲ ਨਾਲ ਜਾਣਦੇ ਆ ਲੋਕ, ਬਹੁਤ ਪੁਰਾਣੀ ਬੇਕਰੀ ਆ ਧਾਰੀਵਾਲ। ਲਓ ਜੀ, ਟੈਂਪੂ ਵੀ ਕ੍ਰੋਸ ਕਰਤਾ ਵਾ, ਪਿੱਛੇ ਆਪਾਂ ਕਾਰ ਕੀਤੀ ਸੀ ਬਾਜ਼ਾਰ ਵਿੱਚ, ਸਕੂਟਰੀ ਕੀਤੀ ਸੀ, ਹੁਣ ਟੈਂਪੂ ਵੀ ਰਿਕਾਰਡ ਹੋ ਗਿਆ, ਵੱਜ ਗਿਆ ਜੀ ਸਾਈਕਲ ਦਾ। ਲਓ ਜੀ ਆਪਾਂ ਆ ਗਏ ਹਾਂ ਸੂਬੇਦਾਰ ਕਿਸਾਨ ਮਾਰਟ 'ਤੇ ਆ ਗਏ ਹਾਂ, ਅਤੇ ਕਿਸਾਨ ਮਾਰਟ 'ਚੋਂ ਨਾ ਕੋਈ ਸਮਾਨ ਲੈਂਦੇ ਹਾਂ। ਤਿਆੜੇ ਧਾਰੀਵਾਲ ਇਹਦੀ ਪੁਜੀਸ਼ਨ ਆਹ ਵਾ, ਸਾਹਮਣੇ ਇਹਦੇ ਪ੍ਰੀਤ ਟਰੈਕਟਰ ਆ, ਇਲੈਕਟ੍ਰੋਨਿਕ ਸਕੂਟਰੀਆਂ ਵਾ, ਇੱਕ ਪੈਟਰੋਲ ਪੰਪ ਜਿਹੜਾ ਬੰਦ ਹੋ ਗਿਆ ਵਾ। ਅਤੇ ਸਮਾਨ ਲੈਂਦੇ ਹਾਂ ਥੋੜ੍ਹਾ ਬਹੁਤ, ਉਹਦਾ ਮੈਂ ਕੱਲ੍ਹ ਲੈ ਗਿਆ ਸੀ। ਹੋਰ ਜੀ ਵਿੱਚ ਵੀਡੀਓ ਬਣਾ ਲੈਂਦੇ ਹਾਂ, ਇਹ 40,000 ਦਾ ਵੱਖਰੀ ਆ, ਆਹ ਵੱਖਰੀ ਆ, 800 ਰੁਪਏ ਦੀ ਆ। ਪਰਮਜੀਤ ਸਿੰਘ ਧਾਰੀਵਾਲ, ਥੱਲੇ ਧਾਲੀਵਾਲ ਆ ਜਾਂ ਧਾਲੀਵਾਲ ਨਹੀਂ, ਸਰਚ ਕਰਿਓ ਧਾਰੀਵਾਲ ਨੂੰ। ਹਾਂ ਆਪਣੀ, ਹਾਂ ਹਾਂ ਆਹ ਮੈਂ ਜਿਹੜੀ ਅੱਜ ਬਣਾਈ ਆ, ਮੈਂ ਕੱਲ੍ਹ ਪਾਊਂਗਾ ਨਾ, ਸਾਈਕਲ ਲੈ ਕੇ ਬਾਜ਼ਾਰ ਗਿਆ ਹਾਂ, ਉਹ ਵਿੱਚ ਮੈਂ ਜਾ ਕੇ ਅੱਧ ਜਾ ਕੇ ਵੇਖਿਆ ਕੈਮਰਾ ਚੱਲਿਆ ਹੀ ਨਹੀਂ, ਮੈਂ ਬਟਨ ਨਾਲੇ 5 ਕਿਲੋਮੀਟਰ ਸਾਈਕਲ ਚਲਾ ਕੇ ਨਾ ਵਾਜ ਪਾ ਲਗਾ, ਫਿਰ ਗਿਆ ਦੁਬਾਰਾ ਬਾਜ਼ਾਰ। ਚਲੋ ਸਮਾਨ ਹੁਣ ਥੋੜ੍ਹਾ ਬਹੁਤਾ ਵੇਖ ਲੈਂਦੇ ਹਾਂ, ਨਿਆਣੇ ਜਿਹੜੇ ਆਏ ਆ ਅਤੇ ਬਹੁਤਾ ਤਾਂ ਹੁਣ ਮੇਰੇ ਕੋਲ ਲੈ ਚੁੱਕੇ ਚੱਕਿਆ ਨਹੀਂ ਜਾਣਾ, ਘਰ ਹੈਗਾ ਵੀ ਆ।
खालसा देसी चाह हाँ जी वो कितने वो दो वह चेता आ गया मैनू तो एक ना एक अचार दो मैं अचार का डब्बा एक अचार का डब्बा दो कितने पे अचार मिक्स दे दो भाएँ भाएँ अंब दे दो ठंडी जी चीज रिकॉर्ड होने वाला समान है दूजा लै जाने जिथो जिथो मैं लगना भी सही नहीं आ वो मैं कट देनी है भी किसान मार्ट नाल साडा हैगा वा इलैक्ट्रॉनिक इलैक्ट्रॉनिक सारे ही है ना इलैक्ट्रॉनिक सारे ही है एसी लो कूलर लो अपने एलईडियां रेट जेडे तुहानू जायज़ लगनगे तो बाकी आ जिहड़ा किसान मार्ट आ इहदे भी रेट जायज़ आ हुण फिर मैं एक कोई विवाद राउंड गया था ਲੈ ਲਓ ਬਿਸਕੁਟ ਹੁਣ ਮੈਂ ਖੜਨੇ ਨਹੀਂ ਕਿ ਕਿਉਂਕਿ ਮੈਂ ਲੈ ਗਿਆ ਫਿਰ ਮੈਂ ਰਿਕਮੈਂਡ ਕਰੂੰਗਾ ਇੱਕ ਪੈਕਟ ਬੜਾ ਸ਼ਾਨਦਾਰ ਆ ਆ ਜਿਹੜਾ ਆ ਜਿਹੜਾ ਬਹੁਤ ਜ਼ਬਰਦਸਤ ਆ ਸਵਾਦ ਆ ਓਰੀਓ ਤਾਂ ਤੁਹਾਨੂੰ ਪਤਾ ਹੀ ਆ ਇਹ ਤਾਂ ਹੁੰਦੀ ਸਵਾਦ ਆ ਇਹ ਤਾਂ ਸਾਰੀ ਇਲੈਕਟ੍ਰੋਨਿਕਸ ਆ ਇੱਕ ਤਾਂ ਮੈਂ ਹੋਰ ਖਾਂਦਾ ਵਾਂ ਨਾਰੀਅਲ ਉਹ ਨਾਰੀਅਲ ਪਾਣੀ ਹੈਗਾ ਵਾ ਉਹਦੀ ਵਿੱਚ ਲਿਆਈਏ ਮੇਰੇ ਕੋਲ ਘਰ 'ਤੇ ਪਿਆ ਆਹੀ ਆ ਆਹ ਵੇਖੋ ਜੀ ਸਭ ਤੋਂ ਵਧੀਆ ਸਭ ਤੋਂ ਵਧੀਆ ਅਤੇ ਇਹਦਾ ਪੀਣ ਦਾ ਇੰਨਾ ਜ਼ਬਰਦਸਤ ਮਜ਼ਾ ਆਉਂਦਾ ਹੁਣ ਕਿ ਪੁੱਛੋ ਕੋਈ ਨਾ ਇਹ 145 ਰੁਪਏ ਦੀ ਨਾ 145 ਦੀ ਬੜੀ ਵਧੀਆ ਚੀਜ਼ ਹੈ ਜੀ 145 ਨਾ 100 ਰੁਪਏ ਦਾ 100 ਦੀ ਆ 100 ਦੀ ਅੱਛਾ 100 ਦੀ ਆ ਮੈਂ ਆਪਣੇ ਇੱਕ ਮਿੰਟ 100 ਰੁਪਏ ਦੀ ਆ ਜੀ ਅਤੇ ਬੜੀ ਵਧੀਆ ਜੇ ਇਹਨੂੰ ਫੁੱਲ ਮੈਂ ਰਿਕਮੈਂਡ ਕਰਨਾ ਵੀ ਇਹਨੂੰ ਖਾਓ ਪੀਓ ਇੱਕ ਬਿਸਕੁਟ ਹੁੰਦੇ ਜੀ ਜਿਹੜੇ ਮੇਰੇ ਕੋਲ ਆ ਵੀ ਬੜੇ ਵਧੀਆ ਆ ਵੀ ਆ ਵੀ ਬੜੇ ਵਧੀਆ ਜੀ ਮੇਰੇ ਕੋਲ ਆ ਜਾਂਦੇ ਆ भी बड़ी सुद आ तो मैं बेल दवा ये मेरी वीडियो ये वीडियो चंकी लगे तो चैनल में लाइक शेयर तो सब्सक्राइब करो मिलता तुम होर चाहिए वीडियो ना काफ़ी मेरे बड़े मन होंगे ना उस स्विच टू द नाइट मोड जी जान के तहत बड़ी खुशी होगी भी धारीवाल जिहड़े जिहड़े वेखण जिहना पछोकड़े आ सड़क ते भावें थले है नहीं आ सड़क ते हालत वेख लो ते लाइटां लग चुकियां वा ते इह ते खुशखबरी आ ते दुख खबरी भी नाल ही होगी भी लाइटां लगी नूं जे महीना हो जावा ते महीने विच ही तुहानूं लाइटां दी दसणगा परफॉर्मेंस तुसीं बड़ा सुणिया होगा कि जिहड़े तारे आ टिम टमाउंदे आ साइंस विच आपां पढ़दे आ कि तारे टिम टमाउंदे आ ते तारे क्यों टिम टमाउंदे आ क्योंकि उन्होंने रस्ते में ना धूड़ कण आते हैं वो जो कण हिलते हैं जी तारे ते लाइट साढ़ी अखा च आ रही है वो मूव करती है तो तारे टिम टमाते पर साड़िया जो लाइटा ने इन्हों में भी कुछ गुण तारे वाले आ गए आ कण जे राह च आ रहे अजे महीना होया लाइटा तो यह टिम टमा रही ने सामने तुम वेख लो ये केड़ी कंपनी दी लाइटां हो सकदी जी एड्डी छेती टिम टमाउण लग पईआं सानू अजे खुशी बड़ी ही कि लाइटां लगियां वा ते लाइटां जिहड़ियां वा पछाड़ियां तारिआं दा रूप भी लै चुकियां वा आम तौर ते लोकी कहिंदे आ भी तारे कौण बनदे आ पर इह बंदे तारे बनदे कहिंदे हुंदे आ आंदे तां नहीं उदां पर कहिंदे हुंदे आ शिव कुमार बताल जी नूं पुछिए कि तारे कौण आ उह की कहिंदा वा उह कहिंदा वा जो बोर उत्ते जो भी मरदा फुल बणे जां तारा
ਜੋਬ ਮੰਡ ਉੱਤੇ ਅਸ਼ ਕੁਮਾਰ ਦੇ ਜਾਂ ਕੋਈ ਕਰਮਾ ਵਾਲਾ। ਚਾਹੀਦਾ ਤਾਂ ਇਹ ਸੀ ਵੀ ਸੜਕਾਂ ਦੇ ਵਿੱਚ ਨਾ ਡਿਵਾਈਡ ਹੁੰਦੀਆਂ, ਜਿਹੜੇ ਵਲੇ ਆ ਬੱਤੀ ਆ ਸੈਂਟਰ 'ਚ ਆ ਜਾਂਦੀ ਅਤੇ ਟਾਈਲਾਂ ਤਾਂ ਹੀ ਲਾਉਣੀਆਂ ਸਾਰਥਕ ਸਨ। ਜੋ ਰਟਕਦੀਆਂ ਵਾ ਮੈਂ ਬੋਲਦਾ ਵਾਂ, ਪਾਰਕ ਚਾਹੀਦੀ ਆ ਇੱਕ ਸ਼ਹਿਰ 'ਚ, ਪਾਰਕ ਕੋਈ ਨਹੀਂ ਆ। ਕਹਿੰਦੇ ਆ ਸੁਣਿਆ ਵੀ ਮਨਜ਼ੂਰ ਹੋਈ ਆ, ਉਹ ਬਾਨੀ ਵੀ ਚਾਹੀਦੀ ਆ। ਵਾਹ ਸ਼ਬਦ ਲੱਗਾ ਵਾ, ਦਇਆ ਕਰੋ ਕਿਰਮ ਆਪਣੇ ਤੇ, ਕਿ ਆਪਣੇ ਕੀੜੇ ਤੇ ਰੱਬ ਨੂੰ ਕਿਹਾ ਗਿਆ ਵੀ ਦਇਆ ਕਰ। ਹੈਲੋ ਸਾਰਿਆਂ ਨੂੰ ਕੋਈ ਸਤਿ ਸ਼੍ਰੀ ਅਕਾਲ, ਹੱਸਦੇ ਰਹੋ ਵੱਸਦੇ ਰਹੋ, ਜਿੰਨਾ ਦਿਲਾਂ ਪੂੰਜ ਗਈ ਜਿਉਂਦੇ ਰਹੋ ਜੀ। ਓਕੇ ਬਾਏ, ਟਾਟਾ ਬਣੇ।